ਫਿਲਹਾਲ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ 'ਚ ਅਸੀਂ ਇਕੱਠ ਕੀਤਾ ਹੈ, ਬੈਠਕ ਕੀਤੀ ਹੈ। ਬਾਹਰੋਂ ਆਏ ਹੋਏ ਸਾਰੇ ਸਾਡੇ ਮਹਿਮਾਨ ਪ੍ਰਾਹੁਣੇ ਜਿਹੜੇ ਨੇ, ਅਸੀਂ ਉਹਨਾਂ ਨੂੰ ਦਿਲੋਂ ਮਨੋਂ ਰੂਹੋਂ ਜੀਐਨ ਨੂੰ ਆਖਦੇ ਹਾਂ ਪਿਲਾਕ ਵੱਲੋਂ, ਔਰ ਡਾਕਟਰ ਸੂਰਜ ਸਦਫ ਡੀ ਜੀ ਪਿਲਾਕ ਵੱਲੋਂ। ਮੈਂ ਡਾਕਟਰ ਸੂਰਜ ਸਦਫ ਹੋਰਾਂ ਨੂੰ ਦਾਵਤ ਦਿਆਂਗਾ ਕਿ ਸਟੇਜ 'ਤੇ ਆਉਣ ਅਤੇ ਜਿਹੜੀ ਇਹ ਮਿੱਤਰਾਂ ਦੀ ਮਜਬਾਣੀ ਹੈ ਇਹਦੇ ਵਿੱਚ ਚਾਰ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ। ਬਹੁਤ ਸ਼ੁਕਰੀਆ ਖਾਕਾਨ ਸਾਹਿਬ, ਬੜੀ ਮੁਹੱਬਤ ਨਾਲ, ਬੜੀ ਇੱਕ ਦਿਲਾਂ ਦੀ ਅਕੀਦਤ ਨਾਲ ਸਭ ਨੂੰ ਜੀਆਏ ਨੂੰ ਆਖਦੀ ਹਾਂ। ਔਰ ਖਸੂਸਨ ਜਿਹੜੇ ਅੱਜ ਸਾਡੇ ਬਹੁਤ ਹੀ ਖੂਬਸੂਰਤ ਪ੍ਰਾਹੁਣੇ ਆਏ ਇੰਡੀਆ ਤੋਂ, ਕੈਨੇਡਾ ਤੋਂ, ਅਮੈਰੀਕਾ ਤੋਂ, ਬਾਕੀ ਮੁਲਕਾਂ ਤੋਂ, ਉਹਨਾਂ ਨੂੰ ਬੜੀ ਮੁਹੱਬਤ ਨਾਲ ਜੀਆਏ ਨੂੰ ਆਖਦੀ ਹਾਂ। ਅੱਜ ਬੜਾ ਕਰਮਾ ਭਾਗਾਂ ਵਾਲਾ ਦਿਨ ਹੈ ਕਿ ਅਸੀਂ ਸਾਰੇ ਪੰਜਾਬੀ ਇਕੱਠੇ ਹਾਂ, ਔਰ ਪੰਜਾਬ ਹਮੇਸ਼ਾ ਖੈਰ ਦੀ ਸਰਜ਼ਮੀਨ ਰਹੀ ਹੈ, ਕਿਉਂਕਿ ਸੂਫੀਆਂ ਅਤੇ ਬਲੀਆਂ ਅਤੇ ਪੈਗੰਬਰਾਂ ਦੀ ਸਰਜ਼ਮੀਨ ਹੈ, ਔਰ ਬਾਬਾ ਜੀ ਗੁਰੂ ਨਾਨਕ ਦਾ ਸਾਡੇ ਕੋਲ ਆਉਣਾ ਵੀ ਸਾਡੇ ਵਾਸਤੇ ਇੱਕ ਬੜੀ ਨਿਮਤ ਹੈ। ਔਰ ਹਮੇਸ਼ਾ ਅਸੀਂ ਇੱਕ ਹੌਸਲਾ, ਇੱਕ ਆਸ ਲੈ ਕੇ ਉੱਥੇ ਜਾਂਦੇ ਹਾਂ, ਔਰ ਜਦੋਂ ਦਿਲ ਬਹੁਤ ਦੁਖੀ ਹੁੰਦਾ ਤਾਂ ਉੱਥੇ ਜਾ ਕੇ ਝੱਟ ਰੋ ਲੈਂਦੇ ਹਾਂ, ਔਰ ਫਿਰ ਖੁਸ਼ ਹੋ ਕੇ ਵਾਪਸ ਆ ਜਾਂਦੇ ਹਾਂ, ਕਿਉਂਕਿ ਇੱਕ ਰੂਹਾਨੀ ਖੁਸ਼ੀ ਜਿਹੜੀ ਹੈ ਉਹ ਇਹਨਾਂ ਬਾਬਿਆਂ ਕੋਲ ਹੀ ਹੈ ਕਿ ਜਿਹੜੇ ਰੱਬ ਦੇ ਪੈਗੰਬਰ ਨੇ, ਰੱਬ ਦੇ ਬਲੀ ਨੇ। ਅਤੇ ਪੰਜਾਬ ਸਿਰਫ ਕਣਕ ਹੀ ਨਹੀਂ ਉਗਾਉਂਦਾ, ਗੰਨਾ ਹੀ ਇੱਥੇ ਪੈਦਾ ਹੁੰਦਾ, ਇੱਥੇ ਮੁਹੱਬਤਾਂ ਵੀ ਪੈਦਾ ਹੁੰਦੀਆਂ ਨੇ, ਔਰ ਪੂਰੇ ਜੱਗ ਵਿੱਚ ਇਨਸ਼ਾਅੱਲਾ ਅਸੀਂ ਪੰਜਾਬੀ ਜਿਹੜੇ ਪੈਗਾਮ ਨੂੰ, ਇਸ ਸੁਨੇਹੇ ਨੂੰ ਲੈ ਕੇ ਟੁਰਾਂਗੇ, ਔਰ ਪਾਕਿਸਤਾਨ ਔਰ ਹਿੰਦੁਸਤਾਨ ਦੇ ਹਵਾਲੇ ਨਾਲ ਵੀ ਪੰਜਾਬੀ ਆਪਣਾ ਖਾਸ ਕਿਰਦਾਰ ਅਦਾ ਕਰਨਗੇ ਕਿ ਅਸੀਂ ਜੰਗਾਂ ਨਹੀਂ ਲੜਨੀਆਂ, ਅਸੀਂ ਮੁਹੱਬਤਾਂ ਅੱਗੇ ਵਧਾਉਣੀਆਂ ਇਨਸ਼ਾਅੱਲਾ। ਬਹੁਤ ਸ਼ੁਕਰੀਆ, ਸਲਾਮ, ਬਹੁਤ ਸ਼ੁਕਰੀਆ, ਬਹੁਤ ਦੁਆਵਾਂ। ਅਜਾਇਬ ਸਿੰਘ ਚੱਠਾ ਸਾਹਿਬ ਨੇ ਹੋਇਆ ਮੈਨੂੰ ਕਾਇਦਾ ਇੱਕ ਬਹੁਤ ਹੀ ਵੱਡੀ ਕਾਵਿਸ਼ ਪੰਜਾਬੀ ਦਾ ਪੇਸ਼ ਕੀਤਾ। ਅਸੀਂ ਬੜੀ ਕੋਸ਼ਿਸ਼ ਕਰ ਰਹੇ ਸਾਂ, ਮੈਂ ਸਵੈਸ ਲਾਇਬ੍ਰੇਰੀ ਵੀ ਗਈ ਕਿ ਜਿਹੜਾ ਕਾਇਦਾ ਗੁਰਮੁਖੀ ਦਾ ਪੜ੍ਹਾਇਆ ਜਾਂਦਾ ਸੀ ਤਕਸੀਮ ਤੋਂ ਪਹਿਲਾਂ, ਕਿਉਂਕਿ ਅਸੀਂ ਲਾਈਟਨਰ ਦੀ ਕਿਤਾਬ ਦਾ ਤਰਜਮਾ ਵੀ ਕੀਤਾ, ਤਾਂ ਉਹਦੇ ਸਾਨੂੰ ਪਤਾ ਲੱਗਾ ਕਿ ਉਸ ਵੇਲੇ 100% ਇੱਥੇ ਤਾਲੀਮ ਦਾ ਮਿਆਰ ਸੀ। ਔਰ ਫਿਰ ਜਦੋਂ ਉਹ ਕਾਇਦਾ ਖੋ ਕੇ ਸਾੜ ਦਿੱਤਾ ਗਿਆ ਅਤੇ ਫਿਰ ਬਾਲ ਜਿਹੜੇ ਨੇ ਆਪਣੇ ਵਾਲਦੈਨ ਤੋਂ ਵੀ ਦੂਰ ਹੋ ਗਏ, ਔਰ ਤਾਲੀਮ ਤੋਂ ਵੀ ਉਹ ਕਾਇਦਾ ਨਹੀਂ ਲੱਭ ਸਕਿਆ। ਲੇਕਿਨ ਅਜਾਇਬ ਸਿੰਘ ਚੱਠਾ ਹੋਰਾਂ ਨੇ ਬੜੀ ਕਾਵਿਸ਼ ਕੀਤੀ ਹੈ, ਮੈਂ ਬੜੀ ਮੁਬਾਰਕਬਾਦ ਪੇਸ਼ ਕਰਨੀ ਆ, ਔਰ ਰੱਬ ਕਰੇ ਇਹੋ ਜਿਹੇ ਅਸੀਂ ਹੋਰ ਬਹੁਤ ਸਾਰੇ ਕੰਮ ਕਰਦੇ ਰਹੀਏ। ਬਹੁਤ ਸ਼ੁਕਰੀਆ, ਬਹੁਤ ਬਹੁਤ। ਮੇਰੇ ਵੱਲੋਂ ਅਸਲਾਮ ਅਲੈਕੁਮ, ਨਜ਼ਾਰਾ ਆ ਜਾਂਦਾ ਜਿੰਨਾ ਮਜ਼ਾ ਪੰਜਾਬੀ ਬੋਲ ਕੇ ਆਉਂਦਾ, ਇੰਨਾ ਕਿਸੇ ਭਾਸ਼ਾ ਹੋਰ ਦੂਜੀ ਟੇਢੀ ਜੀ ਜ਼ਬਾਨ ਕਰਕੇ ਉਹ ਮਜ਼ਾ ਨਹੀਂ ਆਉਂਦਾ। ਇਹ ਗੱਲ ਸੁਖਰਾ ਸਦਫ ਜੀ ਦੀ ਮੈਂ ਅੱਜ ਵੀਡੀਓ ਹੀ ਦਿਖਾ ਦੀ ਹੈ। ਅਸੀਂ ਬੜੇ ਧੰਨਵਾਦੀ ਹਾਂ ਵੀ ਕੈਦਾਰ ਦੇ ਨੂਰ ਜਿਹੜਾ ਉਹਨੂੰ ਰੀਕੋਗਨਾਈਜ਼ ਕੀਤਾ, ਤੇ ਅਸੀਂ ਇਹਨਾਂ ਤੋਂ ਉਮੀਦ ਵੀ ਕਰਾਂਗੇ, ਰਾਸ਼ੀ ਇਹਨਾਂ ਕੋਲ ਤਾਕਤ ਵੀ ਬਹੁਤ ਹੈਗਾ, ਇਹਨੂੰ ਇੰਪਲੀਮੈਂਟ ਵੀ ਕਰ ਦੇਣ ਅਤੇ ਪੰਜਾਬੀਆਂ ਹੋਰਾਂ ਨੂੰ ਵੀ ਪੜ੍ਹਾ ਦੇਣ। ਧੰਨਵਾਦ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਮੈਰੀਕਾ ਤੋਂ ਆਏ ਹਾਂ ਜੀ, ਅਸੀਂ ਪਹਿਲਾਂ ਤੁਹਾਨੂੰ ਨਾਲੇ ਲੈ ਕੇ ਪਤਾ ਨਹੀਂ ਕਿਹੋ ਜਿਹੇ ਹਾਲਾਤ ਹੋਣਗੇ, ਕੀ ਚੱਕਰ ਹੋਊਗਾ। ਜਦੋਂ ਅਸੀਂ ਏਅਰਪੋਰਟ 'ਤੇ ਉਤਰੇ ਹਾਂ, ਸਾਨੂੰ ਇੰਨਾ ਮੁਹੱਬਤ, ਇੱਜ਼ਤ ਅਤੇ ਮਾਣ ਮਿਲਿਆ, ਇਹ ਕਦੇ ਸੋਚਿਆ ਵੀ ਨਹੀਂ ਗਿਆ। ਬਹੁਤ ਹੀ ਇੱਜ਼ਤ ਅਤੇ ਮਾਣ ਪੰਜਾਬ ਪਾਕਿਸਤਾਨ ਸਰਕਾਰ, ਪੰਜਾਬ ਸਰਕਾਰ ਨੇ ਦਿੱਤਾ ਅਤੇ ਸਾਰੇ ਆਮ ਜਿਹੜੇ ਲੋਕ ਨੇ, ਆਪਣੇ ਭੈਣ ਭਰਾ, ਇਹਨਾਂ ਨੇ ਤਾਂ ਬਹੁਤ ਹੀ ਸਤਿਕਾਰ ਦਿੱਤਾ ਹੈ। ਵਾਰ ਵਾਰ ਸਾਨੂੰ ਖੜ੍ਹੇ ਕਰਕੇ ਸਾਨੂੰ ਤਾਂ ਬਹੁਤ ਹੀ ਸਤਿਕਾਰ ਮਿਲਿਆ ਹੈ। ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਗਦਗਦ ਹੋ ਉੱਠੇ ਹਾਂ ਕਿ ਅਸੀਂ ਜ਼ਬਾਨ ਦੇ ਨਾਲ ਬਿਆਨ ਨਹੀਂ ਕਰ ਸਕਦੇ ਕਿ ਜਿੰਨਾ ਸਾਨੂੰ ਪੰਜਾਬ ਦੇ ਆਪਣੇ ਭੈਣ ਅਤੇ ਭਰਾਵਾਂ ਦੇ ਬੱਚਿਆਂ ਨੇ ਪਿਆਰ ਦਿੱਤਾ ਹੈ। ਛੋਟੇ ਛੋਟੇ ਬੱਚੇ 4-4 ਸਾਲ ਦੇ ਵੀ ਸਾਡੇ ਨਾਲ ਹੱਥ ਮਿਲਾਉਂਦੇ ਆ ਅਤੇ ਸਾਡੇ ਨਾਲ ਬਹੁਤ ਹੀ ਪਿਆਰ ਕਰਦੇ ਆ, ਖੁਸ਼ ਹੋ ਕੇ ਮਿਲਦੇ ਆ। ਸਾਰੇ ਬੱਚੇ ਬਾਹਰ ਜਦੋਂ ਅਸੀਂ ਗਲੀਆਂ ਦੇ ਵਿੱਚ ਜਾ ਕੇ ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹਾਂ, ਉੱਥੇ ਆਣ ਕੇ ਬਾਹਰ ਨਿਕਲ ਕੇ ਤਾਂ ਇੰਨੇ ਖੁਸ਼ ਹੁੰਦੇ ਆ। ਜੇ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਵਾਲੇ ਵੀ ਬਹੁਤ ਚੰਗੇ ਨੇ, ਸਰਕਾਰ ਨੇ ਸਾਨੂੰ ਬਹੁਤ ਹੀ ਅੱਛੀ ਸਿਕਿਉਰਿਟੀ ਦਿੱਤੀ। ਕਮਾਂਡੋ ਫੋਰਸ ਪਹਿਲਾਂ ਅਸੀਂ ਸੋਚਦੇ ਸੀ ਕਿ ਸਾਨੂੰ ਮਿਲਣੀ ਚਾਹੀਦੀ ਹੈ, ਪਰ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਇੰਟਰ ਹੋ ਗਏ
ਸਾਨੂੰ ਐਂ ਲੱਗਿਆ ਕਿ ਸਾਨੂੰ ਇਸ ਚੀਜ਼ ਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ ਕਿ ਸਾਡੇ ਤੇ ਭੈਣ ਭਰਾ ਆਏ ਇੰਨੇ ਸਾਨੂੰ ਪਿਆਰ ਦੇਣ ਦਾ ਆ ਤੇ ਅਸੀਂ ਕਾਹਦੇ ਵਾਸਤੇ ਸਿਕਿਉਰਿਟੀ ਲੈਣੀ ਹੈ। ਵੱਧ ਤੋਂ ਵੱਧ ਸਾਨੂੰ ਪਿਆਰ ਦੇਣ ਦੇ ਸਾਰੇ ਸਾਡੇ ਭੈਣ ਭਰਾ ਅਸੀਂ ਬਹੁਤ ਹੀ ਸ਼ੁਕਰ ਗੁਜ਼ਾਰ ਹਾਂ ਆਪ ਸਾਰਿਆਂ ਦੇ ਅਸੀਂ ਇਹਨਾਂ ਸਾਨੂੰ ਆਇਆਂ ਨੂੰ ਇੱਥੇ ਤੇ ਮਾਣ ਦਿੱਤਾ ਹੈ। ਜਿਉਂਦੇ ਵਾਸਤੇ ਰਹੋ ਕੇਵਲ ਜੀ, ਬਹੁਤ ਸਾਰੀਆਂ ਤਾੜੀਆਂ ਕੇਵਲ ਜੀ ਲਈ। ਸਾਡੇ ਸਾਰੇ ਸੂਫੀ ਜਿੰਨੇ ਸ਼ਾਇਰ ਨੇ, ਸੂਫੀ ਸੰਤ ਨਾਲ ਉਹਨਾਂ ਨੇ ਇੱਕ ਹੀ ਗੱਲ ਕੀਤੀ ਹੈ, ਪਿਆਰ ਦੀ ਗੱਲ ਕੀਤੀ, ਮੁਹੱਬਤ ਦੀ ਗੱਲ ਕੀਤੀ ਹੈ। ਉਹਨਾਂ ਦੀ ਸਾਨੂੰ ਸ਼ਾਇਰੀ 'ਚੋਂ ਸਿਰਫ ਅਮਨ, ਮੁਹੱਬਤ, ਪਿਆਰ ਦਾ ਪ੍ਰਚਾਰਕ ਨਜ਼ਰ ਆਉਂਦੇ ਨੇ ਸਾਡੇ। ਅਤੇ ਅੱਜ ਸੂਫੀਆਂ ਦਾ ਕਲਾਮ ਗਾਉਣ ਲਈ ਬਿਲਾਗ ਨੇ ਖਾਸ ਤੌਰ 'ਤੇ ਇੱਕ ਅਜਿਹੇ ਗੁਰੂਕਾਰ ਦਾ ਪ੍ਰਬੰਧ ਕੀਤਾ ਇੱਥੇ ਬੁਲਾਉਣ ਦਾ ਕਿ ਤੁਹਾਨੂੰ ਸੁਣਾਇਆ ਜਾਵੇ ਜਿਹੜਾ ਤੁਹਾਨੂੰ ਸੂਫੀਆਂ ਦਾ ਕਲਾਮ ਸੁਣਾਉਣਗੇ। ਬਾਬਾ ਜੀ ਨਾਨਕ ਜੀ ਦਾ ਕਲਾਮ ਸੁਣਾਉਣਗੇ, ਬਾਬਾ ਫਰੀਦ ਜੀ ਦਾ ਸੁਣਾਉਣਗੇ, ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣਾਉਣਗੇ ਔਰ ਉਹਨਾਂ ਦੀ ਇੱਕ ਆਪਣੀ ਸੂਫੀਆਨਾ ਜਿਹੜਾ ਨਾ ਰੀਤ ਨਾਲ ਜੁੜਤ ਹੈ। ਮੇਰੀ ਮੁਰਾਦ ਤਹਿਸੀਨ ਸਕੀਨਾ ਤੋਂ ਹੈ। ਤੁਹਾਡੀ ਬਹੁਤ ਸਾਰੀਆਂ ਤਾੜੀਆਂ। ਕੋਈ ਗੱਲ ਨਹੀਂ ਕਰਾਂਗੇ ਕਿਉਂਕਿ ਤੁਸੀਂ ਸੁਣ ਕੇ ਫੈਸਲਾ ਕਰੋਗੇ ਕਿ ਇਹਨੂੰ ਰੱਬ ਨੇ ਕਿਤਨਾ ਨਵਾਜ਼ਿਆ ਔਰ ਇਹ ਆਰਫਾਨਾ ਕਲਾਮ ਗਾਉਂਦੀ ਗਾਉਂਦੀ ਆਪ ਵੀ ਉਸੇ ਰਾਹ ਦੀ ਤੁਰਨ ਵਾਲੀ ਹੈ, ਉਸੇ ਲਈ ਰੱਬ ਨੇ ਇਹਦੀ ਆਵਾਜ਼ ਇਤਨੀ ਤਾਸੀਰ ਰੱਖੀ ਹੈ। ਮੈਨੂੰ ਉਹ ਦਿਹਾੜਾ ਵੀ ਯਾਦ ਹੈ ਕਿ ਜਦੋਂ ਇੱਕ ਨਿੱਕੀ ਜਿਹੀ ਪਤਲੀ ਜਿਹੀ ਕੁੜੀ ਆਈ ਸੀ ਇੱਕ ਮੁਕਾਬਲੇ 'ਚ, ਅਸੀਂ ਉਹਨੂੰ ਬਿਲਕੁਲ ਜਾਣਦੇ ਨਹੀਂ ਸਾਂ ਔਰ ਜਦੋਂ ਉਹਨੇ ਗਾਇਆ ਤਾਂ ਪਹਿਲੇ ਨੰਬਰ 'ਤੇ ਆ ਗਈ। ਪੂਰੇ ਪੰਜਾਬ ਦਾ ਮੁਕਾਬਲਾ ਸੀ ਗੱਲ ਕਹੀ। ਮੈਂ ਕਿਹਾ ਲੜਕੀ ਨੇ ਵੱਡਿਆ ਹੋ ਕੇ ਆਪਦਾ ਪ੍ਰਵੀਨ ਬਣਨਾ। ਆਪਦਾ ਪ੍ਰਵੀਨ ਜੀ ਪਾਕਿਸਤਾਨ ਦੀ ਬਹੁਤ ਵੱਡੀ ਗੁਰਦੁਆਰਾ ਨੇ, ਪੂਰੀ ਦੁਨੀਆ ਕੀਤੀ ਜਾਂਦੀ ਹੈ। ਤਹਿਸੀਨ ਸਕੀਨਾ ਵੀ ਤੁਸੀਂ ਉਹਨਾਂ ਦਾ ਰੰਗ ਵੀ ਤੱਕੋਗੇ, ਇਹਦਾ ਆਪਣਾ ਰੰਗ ਵੀ ਤੱਕੋਗੇ ਤੇ ਬਹੁਤ ਸਾਰੀਆਂ ਤਾੜੀਆਂ। Thank you.